पुस्तक ਛੱਜੂ ਦਾ ਟਾਂਗਾ ਦੀ ਕਹਾਣੀ ਹੈ ਵੈਸ਼ੋ ਹਰਮੇਸ਼ ਜਦੋਂ ਵੀ ਇੱਕ ਤਣੀ ਵਾਲੇ ਛੋਲੇ 'ਚ ਕੁਝ ਕਾਗਜ਼ ਡਾਇਰੀ ਰੱਖ ਛੋਲਾ ਮੋਢੇ 'ਚ ਪਾ ਘਰੋਂ ਨਿਕਲਣ ਲੱਗਦਾ ਤਾਂ ਉਹਦੀ ਅਨਪੜ ਪਤਨੀ ਨਿੰਮੂ ਕੁੜਮ-ਕੁੜਮ ਕਰਦੀ ਆਖਦੀ ਇਹਦੇ ਤਾਂ ਪੈਰਾਂ ਨੂੰ ਬਿੱਲੀਆਂ ਵੱਜੀਆਂ ਹੋਈਆਂ ਨੇ ਘਰ ਟਿਕਦਾ ਹੀ ਨਹੀਂ ساری ਉਮਰ ਬਾਹਰ ਰਹਿ ਕੇ ਵੀ ਨਹੀਂ ਰੱਜਿਆ ਜਿਵੇਂ ਪਤਾ ਨਹੀਂ ਰਮਤਾ ਜੋਗੀ ਬਣ ਕੇ ਬੁੱਢੇ ਬਰੇ ਸੀ ਕਿਹੜੀ ਹੀਰ ਲੱਭਦਾ ਫਿਰਦਾ ਪਹਾੜਾਂ 'ਚ ਜੁਆਪ ਹਰਮੇਸ਼ ਸਿਰਫ ਜਿਹਦੀ ਹੀਟ ਸਲੇਟੀ ਘਰ ਹੋਵੇ ਉਹ ਹੋਰ ਹੀਰਾਂ ਵੱਲ ਨਹੀਂ ਝਾਕਦੇ ਹੁੰਦੇ ਆਖਦਾ ਘਰ ਦੇ ਗੇਟੋਂ ਬਾਹਰ ਹੋ ਜਾਂਦਾ ਜਦੋਂ ਹਮੇਸ਼ਾ ਵਾਂਗ ਠਹਿਰੋ ਕਹਿ ਕੇ ਨਿਮੋ ਕਾਲੀ ਕਾਲੀ ਤੁਰੀ ਆਉਂਦੀ ਆਵਾਜ਼ ਮਾਰ ਕੇ ਰੋਕਦੀ ਤਾਂ ਹਰਮੇਸ਼ ਮਈਆ ਤੇਰੀ ਪਿੱਛੋਂ ਆਵਾਜ਼ ਮਾਰਨ ਦੀ ਆਦਤ ਨਾ ਜਾਣੀ ساری ਉਮਰ ਬਹੂਆਂ ਘਰ ਨੇ ਮੁੰਡੇ ਰਾਤ ਨੂੰ ਘਰ ਆ ਜਾਂਦੇ ਨੇ ਮੈਥੋਂ ਭਲਾ ਮੂੰਗੀ ਦਲਾਉਣੀ ਐ ਉਹਨੂੰ ਜਿਵੇਂ ਟਿੱਟਰਾ ਪੈਂਦੀਆਂ ਇਕੱਲੇ ਨੂੰ ਆਖਦਾ ਖਿਜਿਆ ਜਾਂ ਜੇ ਅੱਖਲ ਹੋ ਜਾਂਦਾ ਆ ਦਵਾਈਆਂ ਭੁੱਲ ਗਏ ਬਾਹਰ ਕਿਸੇ ਸਲੇਟੀ ਨੇ ਦਵਾਈਆਂ ਦਾ ਚੇਤਾ ਨਹੀਂ ਕਰਾਉਣਾ ਲਫਾਫਾ ਫੜਾਉਂਦੀ ਨੀ ਮੁੰਨ ਹੋਰ ਜਿਆ ਮਾਰਦੀ ਆਖਦੀ ਬੰਠਣ ਕੇ ਰਹਿਣਾ ਸਾਬਕਾ ਸੈਨਿਕ ਹਰਮੇਸ਼ ਦਾ ਸ਼ੌਕ ਹੈ ਉਹ ਸਜਰੇ ਨਾ ਧੋ ਕੇ ਦਾੜੀ ਪੱਗ ਬਨ ਕੇ ਐਨ ਤਿਆਰ ਹੋ ਜਾਂਦਾ ਜਿਵੇਂ ਫੌਜੀ ਡਿਊਟੀ ਤੇ ਜਾਣਾ ਹੋਵੇ ਨੀ ਮੁੰਨian ਪੜ ਹੁੰਦਿਆਂ ਵੀ ਫੌਜੀ ਪਤੀ ਨਾਲ ਬਾਹਰ ਰਹਿ ਕੇ ਦੋਵੇਂ ਬੱਚੇ ਚੰਗੇ ਪੜਾ ਲਖਾ ਕੇ ਆਪਣੀ ਪੜਾਈ ਦੀ ਰੀਜ ਪੂਰੀ ਕਰ ਲਈ ਉਦੀ ਹਿਰਨੀ ਵਰਗੀ ਅੱਖ ਨੇ ਜਵਾਨ ਫੌਜੀ ਨੂੰ ਜਵਾਨ ਵੇਲੇ ਨਾਲ ਰਹਿੰਦਿਆਂ ਨਾ ਤਾਂ ਸੱਜੇ ਖੱਪੇ ਝਾਕਣ ਦਿੱਤਾ ਨਾ ਹੀ ਫੌਜਨਾ ਚ ਆਪਣੀ ਅਨਪੜਤਾ ਜ਼ਾਹਰ ਹੋਣ ਦਿੱਤੀ ਪੈਨਸ਼ਨ ਆਉਣ ਨੂੰ ਛੜਾ ਮਾਰਦੇ ਹਰਮੇਸ਼ ਨੂੰ ਸੂਬੇਦਾਰ ਬਣਾ ਕੇ ਆਪ ਸੂਬੇਦਾਰ ਨਹੀਂ ਬਣ ਕੇ ਹੀ ਪਿੰਡ ਆਈ ਭਾਵੇਂ ਉਹ ਸਲੇਰੀ ਹੋਣ ਦੇ ਨਾਲ 50 ਦੇ ਨੇੜੇ ਤੇੜੇ ਐ ਪਰ ਹਾਨ ਦੀਆਂ ਨਾਲੋਂ ਉਮਰ ਲੁਕਾਉਂਦੀ ਐ ਸੋਨੇ ਤੇ ਸੁਹਾਗੇ ਵਾਂਗ ਸੂਬੇਦਾਰ ਨੂੰ ਪੜਿਆ ਲਿਖਿਆ ਹੋਣ ਕਰਕੇ ਰਾਜ ਸਰਕਾਰ ਦੀ ਨੌਕਰੀ ਪੈਨਸ਼ਨ ਆਉਂਦੀ ਹੈ ਮਿਲ ਗਈ ਤੇ ਨਿਮੋ ਸ਼ਹਿਰ ਚ ਕੋਠੀ ਪਾ ਕੇ ਸ਼ਹਿਰਨ ਬਣ ਬੈਠੀ। ਵੈਸੇ ਮਾਤੜ ਘਰ ਚੋਂ ਨਿਕਲ ਕੇ ਫੌਜੀ ਬਣਿਆ ਹਰਮੇਸ਼ ਹਮੇਸ਼ਾ ਨਿਮੋ ਨੂੰ ਜਦੋਂ ਦੀ ਮੇਰੇ ਘਰ ਆਈ ਹੈ ਜਿਵੇਂ ਪੈਰਾਂ ਨਾਲ ਰਿਜ਼ਕ ਲੈ ਆਈ ਹੈ। ਕਹਿੰਦਾ ਮਾਨ ਸਤਕਾਰ ਦਿੰਦਾ ਹੈ। ਚਿੜੀਆਂ ਦੇ ਦੁੱਧ ਤੋਂ ਬਗੈਰ ਸਭ ਕੁਝ ਉਹਦੇ ਘਰ ਛ ਹੈ। ਸਾਹਿਤਿਕ ਸ਼ੌਕ ਪਾਲਦਾ, ਦੋਰੀ ਰਿਟਾਇਰਮੈਂਟ ਤੋਂ ਬਾਅਦ ਖੁਸ਼ੀਆਂ ਮਾਣਦੇ ਪਰਿਵਾਰ ਨਾਲ ਉਹ ਉਹਦੀ ਖੁਸ਼ਹਾਲ ਜੀਵਨ ਭੋਗ ਰਿਹਾ। ਕਹਿੰਦੇ ਨੇ ਨੀਤਾ ਨੂੰ ਮਰਾਦਾ ਹੁੰਦੀਆਂ ਨੇ ਇਸ ਜੋੜੀ ਦੇ ਬੱਚੇ ਵੀ ਚੰਗੀਆਂ ਨੌਕਰੀਆਂ ਤੇ ਲੱਗ ਗਏ ਨੇ ਨਿਮੋ ਨੂਹਾਂ ਨਾਲ ਘਰ ਦੇ ਕੰਮ ਕਰਦੀ ਅਕੇਵਾਂ ਥਕੇਵਾਂ ਮਹਿਸੂਸ ਨਹੀਂ ਕਰਦੀ ਚੰਦਰੀਆਂ ਸੱਸਾਂ ਵਾਂਗ ਨੱਕ ਨਹੀਂ ਚਾੜਦੀ ਉਹਦਾ ਤਰਕ ਹੈ ਆਪ ਚੰਗੇ ਹੋਈਏ ਸਾਰੇ ਚੰਗੇ ਬਣ ਜਾਂਦੇ ਨੇ ਹਰਮੇਸ਼ ਦੋਰੀ ਪੈਨਸ਼ਨ ਲੈ ਕੇ ਹੁਣ ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪਿਤ ਹੈ ਭਾਵੇਂ ਸਾਰੀ ਉਮਰ ਫੌਜੀ ਹੋਣ ਕਰਕੇ ਦੇਸ਼ ਦੇ ਵੱਖ-ਵੱਖ ਰਾਜਾਂ ਦਾ ਪਰਮਣ ਕੀਤਾ ਉਹ ਹਰ ਸਾਲ ਸਾਹਿਤਿਕ ਦੋਸਤਾਂ ਨਾਲ ਜਾਂ ਇਕੱਲਾ ਕਿਧਰੇ ਨਾ ਕਿਧਰੇ ਘੁੰਮਣ ਫਿਰਨ ਨਿਕਲ ਜਾਂਦਾ ਹੈ ਹਰ ਐਤਵਾਰ ਕਿਤੇ ਨਾ ਕਿਤੇ ਸਾਹਿਤ ਸਭਾ ਦੀ ਬੈਠਕ ਜਾਂ ਮੁਸ਼ਾਇਰੇ 'ਚ ਹਾਜ਼ਰੀ ਭਰਦਾ ਹੈ ਉਹਦੀ ਪਹਿਲੀ ਸਰੋਤਾ ਨਿਮੋ ਧਿਆਨ ਨਾਲ ਉਹਦੀ ਕੋਈ ਰਚਨਾ ਸੁਣਨ ਤੋਂ ਬਾਅਦ ਵੀ ਕਹਿ ਦਿੰਦੀ ਹੈ ਬਾਅਦ ਵੀ ਇਹਦਾ ਹੀ ਕਮ ਸੀ ਇਹਦੀਆਂ ਊਲ ਜਲੂਲ ਸੁਣ ਸੁਣਦਾ ਮੇਰੇ ਕੰਨ ਪੱਕੇ ਪਏ ਆ ਪਿਲਸਣ ਆ ਕੇ ਹੁਣ ਆਪਣੇ ਵਰਗਿਆਂ ਨਾਲ ਰਲ ਗਿਆ ਆ ਹਰ ਰੋਜ਼ ਜਦੋਂ 4 ਵਜੇ ਬੈਕਟਰੀ ਦਾ ਕੱਪ ਲੈ ਕੇ ਨਿਮੋ ਹਰਮੇਸ਼ ਨੂੰ ਜਗਾਉਂਦੀ ਹੈ ਜਾਂ ਲਿਖਣ ਵੇਲੇ ਫਿਕਰ ਨਾਲ ਚਾਹ ਦਾ ਕੱਪ ਰੱਖਦੀ ਪਿਆਰ ਨਾਲ ਲੱਗਦੀ ਹੈ ਜੀ ਤੁਸੀਂ ਸਾਰਾ ਦਿਨ ਪੜਦੇ ਲਿਖਦੇ ਰਹਿੰਦੇ ਹੋ ਅੱਕਦੇ ਥੱਕਦੇ ਨਹੀਂ ਤਾਂ ਹਰਮੇਸ਼ ਨੂੰ ਲੱਗਦਾ ਨਿੰਮੋ ਡਿਊਟੀ ਦੀ ਬੜੀ ਪਾਬੰਦ ਹੈ ਜਦੋਂ ਕਿਦਰੇ ਲਾਡ ਨਾਲ ਬਾਹ ਫੜਦਾ ਉਹਨੂੰ ਬੈਠਣ ਲਈ ਆਖਦਾ ਤਾਂ ਨਿੰਮੋ ਸ਼ਰਮਾਨ ਦਾ ਟੋਂਗ ਕਰਦੀ ਹੈ ਹੁਣ ਸਿਆਣੇ ਹੋਏ ਚੰਗੇ ਲੱਗਦੇ ਆਖਦਿਆਂ ਦਰਵਾਜ਼ੇ ਵੱਲ ਝਾਕਦੀ ਬਾਹ ਛੁੱਡਾ ਲੈਂਦੀ ਹੈ ਹਰਮੇਸ਼ ਦੀ ਛੋਟੀ ਨੂੰ ਰਮਨ ਉੱਚੀ ਪੜ੍ਹਾਈ ਦੇ ਨਾਲ ਨਾਲ ਸਾਹਿਤਿਕ ਰੁਚੀਆਂ ਦੀ ਵੀ ਮਾਲਕ ਹੈ ਇਨਾਤਾ ਰਮਨ ਦੇ ਪਿਤਾ ਨਾਲ ਸਹਿਤਿਕ ਸਾਂਝ ਕਰਕੇ ਰਿਸ਼ਤੇ 'ਚ ਬਦਲਿਆ। ਕਾਫੀ ਦੇਰ ਪਹਿਲਾਂ ਰਮਨ ਦੇ ਪੇਕੇ ਘਰ ਆਉਣ ਜਾਣ ਕਰਕੇ ਰਮਨ ਹਰਮੇਸ਼ ਦੇ ਬਹੁਤ ਨੇੜੇ ਹੈ। ਉਹਦੀ ਗੱਲਬਾਤ ਤੇ ਸੋਹਰੇ ਪ੍ਰਤੀ ਵਿਹਾਰ ਤੋਂ ਕਿਸੇ ਵੀ ਅਣਜਾਣ ਨੂੰ ਤੀ ਦਾ ਪੁਲੇਖਾ ਪੈਂਦਾ ਹੈ। ਜਦੋਂ ਵੀ ਰਮਨ ਸਾਹਿਤ ਸੰਬੰਧੀ ਕੋਈ ਲਿਖਤੀ ਗਲਤੀ ਕੱਢਦੀ ਹੈ ਹਰਮੇਸ਼ ਨੂੰ ਬਹੁਤ ਚੰਗਾ ਲੱਗਦਾ ਹੈ। ਦੂਜੇ ਬੱਚੇ ਕਈ ਵਾਰ ਰਮਨ ਨੂੰ ਮੁਖਾਲਨਾ ਲੱਗਦੇ ਆ। ਇਹ ਪਾਪਾ ਦੀ ਬਾਹਲੀਓ ਫੈਨ ਆ। ਰਮਨ ਦੇ ਵਿਆਹ ਤੋਂ ਪਹਿਲਾਂ ਜਦੋਂ ਹਰਮੇਸ਼ ਦੀ ਪਹਿਲੀ ਛਪੀ ਕਿਤਾਬ ਚੋਂ ਰਮਨ ਨੇ ਜਵਾਨੀ ਵੇਲੇ ਦੀ ਕਹਾਣੀ ਦੇ ਪਾਤਰ ਵੈਸ਼ੋ ਦਾ ਜ਼ਿਕਰ ਕਰਦਿਆਂ ਫੋਨ ਤੇ ਹੱਸਦਿਆਂ ਕਿਹਾ ਸੀ ਪਾਪਾ ਵੈਸ਼ੋ ਤੁਹਾਡੀ ਗਰਲਫ੍ਰੈਂਡ ਲੱਗਦੀ ਆ ਤਾਂ ਹਰਮੇਸ਼ ਨੇ ਅੱਗੋਂ ਕਿਹਾ ਸੀ ਪੁੱਤਰ ਪਾਤਰ ਤਾਂ ਲੇਖਕਾਂ ਦੀ ਕਲਪਨਾ ਹੁੰਦੇ ਨੇ ਰਮਨ ਦੇ ਵਿਆਹ ਤੋਂ ਬਾਅਦ ਜਦੋਂ ਇੱਕ ਵਾਰ ਹਰਮੇਸ਼ ਆਪਣੇ ਸਾਹਿਤਿਕ ਮਿੱਤਰਾਂ ਨਾਲ ਪਹਾੜੀ ਪਰਬੰਨ ਤੋਂ ਪਰਤਿਆ ਸੀ ਚੁੱਪਲੇ ਖਿਆਲਨੀ ਡੁੱਬੇ ਕੁਰਸੀ ਤੇ ਬੈਠੇ ਦੇ ਪਿੱਛੋਂ ਨਟਖੜਤੀ ਵਾਂਗ ਗਲ ਬਾਹਾਂ ਪਾ ਕੇ ਰਮਨ ਨੇ ਕਿਹਾ ਸੀ ਪਾਪਾ ਮਿਲੀ ਫਿਰ ਵੈਸ਼ੂ ਕਿ ਨਹੀਂ ਦੂਜਿਆਂ ਦੀਆਂ ਭਾਵਨਾਵਾਂ ਬਿਆਨ ਕਰਨ ਵਾਲੇ ਲੇਖਕ ਹਰਮੇਸ਼ ਨੂੰ ਇੰਜ ਲੱਗਾ ਜਿਵੇਂ ਨਿੰਮੋ ਵਾਂਗ ਉਹਦੇ ਦਿਲ ਦੀਆਂ ਬੁੱਝਣ ਵਾਲਾ ਉਹਦੇ ਘਰ ਇੱਕ ਹੋਰ ਜੀ ਆ ਗਿਆ ਉਹਨੇ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਦੇ ਆ ਪਿਆਰ ਨਾਲ ਹੱਥ ਫੜ ਕੇ ਨੇੜੇ ਕੁਰਸੀ ਤੇ ਬਿਠਾਉਂਦੇ ਆ ਰਮਨ ਦੀ ਅੱਖਾਂ 'ਚ ਝਾਕਦੇ ਆ ਕਿਹਾ ਚਲਿਏ ਲੇਖਕ ਤੇ ਕਲਾਕਾਰ ਪਹਾੜਾਂ 'ਚ ਜਾ ਕੇ ਕੁਦਰਤ ਨੂੰ ਹੋਰ ਨੇੜਿਓਂ ਵੇਖ ਕੇ ਆਪਣੀਆਂ ਕਿਰਤਾਂ ਦੀ ਰਚਨਾ ਕਰਦੇ ਨੇ ਕਮਲੀ ਜੀ ਨਾ ਹੋਵੇ ਤੇ ਕਹਿ ਕੇ ਚੁੱਪ ਕਰ ਗਿਆ ਪਾਪਾ ਇਹ ਵੀ ਪਤਾ ਲੱਗ ਗਿਆ ਕਿ ਤੁਸੀਂ ਖੂਬਸੂਰਤ ਝੂਠ ਦੀ ਰਚਨਾ ਵੀ ਕਰ ਲੈਨੇ ਹੋ ਮੈਂ ਤੁਹਾਡੀ ਡਾਇਰੀ ਦੇ ਕਾਗਜ਼ ਝੋਲੇ 'ਚੋਂ ਵੇਖ ਚੁੱਕੀ ਹਾਂ ਤੁਸੀਂ 4 ਦਿਨਾਂ 'ਚ ਕੁਝ ਵੀ ਨਹੀਂ ਲਿਖਿਆ ਇੱਥੋਂ ਸਿੱਧ ਹੁੰਦਾ ਵੀ ਤੁਸੀਂ ਕੁਦਰਤ ਦੀ ਰਚਨਾ 'ਚੋਂ ਸਿਰਫ ਵੈਸ਼ੋ ਦਾ ਚਿਹਰਾ ਹੀ ਲੱਭਦੇ ਰਹੇ ਹੋ ਰਮਨ ਜੀ ਵੀ ਅੱਜ ਵਕੀਲਾ ਮੰਗ ਸੱਚੋ ਗਲੌਣ ਤੇ ਉਤਾਰੂ ਹੋ ਗਈ ਹੋਵੇ ਹਰਮੇਸ਼ ਦੀ ਹਾਲਤ ਪਾੜ ਚੋਂ ਫੜੇ ਚੋਰ ਵਰਗੀ ਹੋ ਗਈ ਸੀ ਚਲੋ ਕਦੀ ਨਾ ਕਦੀ ਤਾਂ ਮਿਲ ਹੀ ਜਾਊ ਕਹਿੰਦੇ ਆ ਰਮਨ ਤਾਂ ਹਸਦੀ ਚਾਹ ਵਾਲੇ ਭਾਂਡੇ ਚੁੱਕ ਕੇ ਲਿਖਣ ਵਾਲੇ ਕਮਰੇ ਚੋਂ ਬਾਹਰ ਹੋ ਗਈ ਪਰ ਹਰਮੇਸ਼ ਦੀਆਂ ਮਿੱਠੀਆਂ ਯਾਦਾਂ ਦੇ ਨਿਰਮਲ ਪਾਣੀਆਂ ਚ ਮਾਸੂਮੀਅਤ ਦੀ ਗੀਟੀ ਸੁੱਟ ਹਲਚਲ ਮਚਾ ਗਈ ਇਸ ਚ ਕੋਈ ਸ਼ੱਕ ਨਹੀਂ ਸੀ ਕਿ ਵੈਸ਼ ਹੋ ਹਰਮੇਸ਼ ਦੀਆਂ ਯਾਦਾਂ ਚੋਂ ਨਿਕਲ ਸਕੀ ਹੋਵੇ ਕਿਉਂਕਿ ਸਾਹਿਤਿਕ ਰੁਚੀਆਂ ਵਾਲੇ ਹਰਮੇਸ਼ ਦਾ ਫੌਜੀ ਜੀਵਨ ਦੇ ਸ਼ੁਰੂ ਚ ਪਹਾੜੀ ਇਲਾਕੇ ਦੀ ਪਹਿਲੀ ਪੋਸਟਿੰਗ ਦੇ ਦੌਰਾਨ ਵੈਸ਼ੋ ਉਹਦਾ ਇੱਕ ਤਰਫਾ ਪਿਆ ਪਹਿਲਾ ਪਿਆਰ ਸੀ ਸ਼ਾਇਦ ਪਹਿਲੀ ਮੁਹੱਬਤ ਕੋਈ ਵੀ ਨਹੀਂ ਭੁੱਲਦਾ ਯਾਦਾਂ ਮਨੁੱਖੀ ਜੀਵਨ ਚੋਂ ਮਨਫੀ ਨਹੀਂ ਹੋ ਸਕਦੀਆਂ ਪਿਆਰ ਮਨੁੱਖੀ ਮਨ ਦਾ ਪਰਬਲ ਜਜ਼ਬਾ ਹੈ ਪਰ ਇਹ ਵੀ ਸੱਚ ਹੈ ਕਿ ਹਰਮੇਸ਼ ਨੇ ਵੈਸ਼ੋ ਤੋਂ ਬਾਅਦ ਨਿੰਮੋ ਤੋਂ ਬਗੈਰ ਕਿਸੇ ਹੋਰ ਵੱਲ ਕੇ ਤੇ ਅੱਖ ਭਰ ਕੇ ਕਦੀ ਵੇਖਿਆ ਵੀ ਨਹੀਂ ਸੀ ਹਾਉ ਦੀ ਅੱਖਾਂ ਸੈਰਸ ਪੱਟੇ ਗਿਆ ਹਰੇ ਭਰੇ ਤੇ ਖੁਸ਼ਕ ਪਹਾੜਾਂ 'ਚੋਂ ਕੋਈ ਚਿਹਰਾ ਜ਼ਰੂਰ ਭਾਲਦੀਆਂ ਰਹੀਆਂ ਸਨ ਹਰਮੇਸ਼ ਦੇ ਤਸੱਵਰ 'ਚ ਵੈਸ਼ੋ ਦੀ ਚੁੱਪ ਹੀ ਸਭ ਕੁਝ ਬਿਆਨ ਕਰਦੀ ਸੀ ਕਈ ਚਿਹਰੇ ਪਹਿਲੀ ਨਜ਼ਰ ਹੀ ਅੱਖਾਂ ਰਸਤੇ ਦਿਲ ਦੇ ਕਿਸੇ ਕੋਨੇ 'ਚ ਜਗ੍ਹਾ ਮਲ ਲੈਂਦੇ ਆ ਵੈਸ਼ੋ ਦੀ ਚੁੱਪ ਨੂੰ ਸਹਿਮਤੀ ਸਮਝ ਉਹਨੂੰ ਆਕਰਸ਼ਿਤ ਕਰਨ ਲਈ ਸ਼ਬਦਾਂ ਦੇ ਜਾਲ ਬੁਣ ਕੇ ਕਈ ਪੱਤਰ ਵੀ ਉਹਨੇ ਵੇਲਾਕ ਵੇਲਾ ਵੇਖ ਬਸ ਉਹ ਦੇਕਤੀ ਦੇ ਨੇੜੇ ਸੁੱਟੇ ਸਨ ਵਾਪਸੀ ਤੇ ਪੱਤਰਾਂ ਦਾ ਉਥੇ ਨਾ ਹੋਣਾ ਉਹਦੀ ਸਹਿਮਤੀ ਸਮਝ ਬੈਠਾ ਸੀ ਪਰ ਵੈਸ਼ੋ ਦੇ ਮੂੰਹ ਤੋਂ ਚੁੱਪ ਦਾ ਜੰਦਰਾ ਨਾ ਟੁੱਟਾ ਵੈਸ਼ੋ ਉਹਦੋਂ ਸ਼ਾਇਦ 12 ਇੰਚ ਜਮੂ ਸ਼ਹਿਰ ਪਰਦੀ ਸੀ ਇਹ ਉਹਨੇ ਕਿਸੇ ਤਰੀਕੇ ਜਾਣ ਲਿਆ ਸੀ ਉਹਦੀ ਪਰਿਵਾਰਕ ਜਾਣਕਾਰੀ ਵੀ ਲੈ ਲਈ ਸੀ ਹਰਮੇਸ਼ ਨੂੰ ਪਤਾ ਸੀ ਅਜੇ ਸ਼ਿਕਾਇਤ ਹੋਣ ਤੇ ਬਜਰੀ ਦਾ ਭਾਰਾ ਪਿੱਠੂ ਚੁੱਕ ਕੇ ਦੋ ਵਕਤ ਟੈਲਣਾ ਪੈਣਾ ਤੇ ਸਾਥੀਆਂ ਦੀ ਟੀਚਰਾਂ ਮੁਫਤ ਸੁਣਨੀਆਂ ਪੈਣੀਆਂ ਸੀ ਪਰ ਇਥੋਂ ਤੱਕ ਨੌਬਤ ਨਹੀਂ ਆਈ ਹਰਮੇਸ਼ ਦੀ ਬਦਲੀ ਦੂਜੀ ਜਗ੍ਹਾ ਹੋ ਗਈ ਸੀ ਅਗਲੇ ਸਾਲ ਹੀ ਵਿਆਹੀ ਆਈ ਤਿੱਖੇ ਨਕਸ਼ ਤੇ ਕਣਕਵਨੀ ਛਮਕ ਵਰਗੀ ਨਿੰਮੋ ਨੇ ਵੈਸ਼ੋ ਦੀ ਜਗ੍ਹਾ ਮੰਨ ਲਈ ਸੀ ਵਕ ਵਕ ਥਾਵਾਂ ਤੇ ਬੱਚਿਆਂ ਸਮੇਤ ਰਹਿੰਦੇ ਆ ਉਹ ਸੂਬੇਦਾਰ ਬਣ ਕੇ 28 ਸਾਲਾਂ ਬਾਅਦ ਕਦੋਂ ਘਰ ਆ ਗਿਆ ਪਤਾ ਹੀ ਨਹੀਂ ਲੱਗਾ ਹਰਮੇਸ਼ ਕਈ ਵਾਰ ਹੱਸਦਿਆਂ ਨਿੰਮੋ ਨੂੰ ਆਖਦਾ ਫੌਜ ਚ ਗੋਡੇ ਮੇਰੇ ਨਿਕਲ ਗਏ ਇਹ ਘਰ ਬੈਠੀ ਸੂਬੇਦਾਰ ਨਹੀਂ ਬਣ ਬੈਠੀ ਉਹ ਇਸ ਲਈ ਕਿ ਫੌਜੀ ਦੀ ਅਕਲ ਤੇ ਰਫਲ ਫੌਜ ਰੱਖ ਲੈਂਦੀ ਹੈ ਤਾਂ ਕਿ ਮਿਲਿਆ ਪੈਸਾ ਥੇਲਾ ਤੇ ਪੈਨਸ਼ਨ ਦੀ ਘਰ ਵਾਲੀ ਚੰਗੀ ਦੇਖ ਰੇ ਕਰ ਸਕੇ ਹਸਦੀ ਨਿੰਮੋ ਵੀ ਮੋੜਾ ਦਿੰਦੀ ਸੂਈ ਹੋ ਜਾਂਦੀ ਸ਼ਹਿਰ ਆ ਕੇ ਫੌਜੀ ਵਾਲੀ ਨਾਮ ਪਲੇਟ ਵਾਰ-ਵਾਰ ਗੇਟ ਦੇ ਥਮਲੇ ਨਾਲ ਟੰਗ ਕੇ ਨਿੰਮੋ ਨੇ ਸੂਬੇਦਾਰਨੀ ਦਾ ਉਹਦਾ ਇੱਥੇ ਵੀ ਹਾਸਲ ਕਰ ਲਿਆ ਮਹੱਲੇ ਵਾਲੇ ਉਹਦਾ ਨਾਂ ਘੱਟ ਹੀ ਜਾਣਦੇ ਸੀ ਨੂਹਾ ਵੀ ਸੂਬੇਦਾਰਨੀ ਦੀਆਂ ਨੂਹਾ ਕਰਕੇ ਹੀ ਜਾਣੀਆਂ ਜਾਂਦੀਆਂ ਸਨ ਇਸ ਵਰ ਪਰਮਣ ਤੇ ਜਾਂਦਿਆਂ ਰਮਨ ਨੇ ਹੱਸਦਿਆਂ ਪਾਪਾ ਜੀ ਐਤ ਕੀ ਵੈਸ਼ਨੋ ਦੇਵੀ ਵੀ ਜਾ ਕੇ ਆਇਓ ਸ਼ਾਇਦ ਤੁਹਾਡੀ ਵੈਸ਼ੋ ਮਿਲ ਪਵੇ ਸੂਬੇਦਾਰਨੀ ਵੱਲੋਂ ਫੜਾਇਆ ਦਵਾਈ ਵਾਲਾ ਲਫਾਫਾ ਫੜਾਉਂਦੇ ਆਂ ਕਿਆ ਤੂੰ ਚੱਲ ਖਲਰ ਨੂੰ ਨਾ ਹਟੀ ਕਮਲੀ ਜੀ ਕਹਿੰਦਾ ਰਮਨ ਦੇ ਸਿਰ ਤੇ ਪਿਆਰ ਨਾਲ ਭੋਲੀ ਜੀ ਪਟੋਕੀ ਲਾ ਕੇ ਹਰਮੇਸ਼ ਆਪਣੀ ਮੰਜ਼ਿਲ ਨੂੰ ਤੁਰ ਪਿਆ ਉਹਦਾ ਵਰਤਾਓ ਸਾਰੇ ਪਰਿਵਾਰ ਨਾਲ ਹੀ ਦੋਸਤਾਨਾ ਹੈ ਉਹ ਬਸ ੱਡੇ ਨੂੰ ਤੁਰਿਆ ਜਾਂਦਾ ਸੋਚ ਰਿਹਾ ਸੀ ਇਥੇ ਘਰ ਦਾ ਹਰੇਕ ਜੀ ਮਿੱਤਰਾਂ ਵਰਗਾ ਹੋਵੇ ਸਵਰਗ ਸ਼ਾਇਦ ਉੱਥੇ ਹੀ ਹੈ ਬਾਕੀ ਤਾਂ ਸਭ ਕੋਰੀ ਕਲਪਨਾ ਹੈ ਉਹਨੂੰ ਉਹਦੇ ਇੱਕ ਲੇਖਕ ਮਿੱਤਰ ਦਾ ਕਿਹਾ ਯਾਦ ਆਇਆ ਜਦੋਂ ਤੱਕ ਤੁਸੀਂ ਘਰ 'ਚ ਪਿਓ ਬਣੇ ਰਹੋਗੇ ਪਰਿਵਾਰ ਦੇ ਮੈਂਬਰ ਤੋਂ ਉਤੋਂ ਦੂਰੀ ਬਣਾਈ ਰੱਖਣਗੇ ਜੇ ਦੋਸਤ ਬਣ ਜਾਓਗੇ ਤਾਂ ਬੱਚੇ ਕੋਈ ਵੀ ਉਹਲਾ ਨਹੀਂ ਰੱਖਣਗੇ ਵਿਸ਼ਵਾਸ ਤੇ ਖੁਸ਼ੀ ਕਿਸੇ ਘਰ ਦੀ ਮਜ਼ਬੂਤ ਨਹੀਂ ਹੁੰਦੀ ਹੈ ਇਹ ਸਭ ਕੁਝ ਉਹਦੇ ਹੱਥ ਵਿੱਚ ਹੈ ਪਾਵੇਂ ਹਰਮੇਸ਼ ਧਾਰਮਿਕਤਾ ਦੇ ਮਾਮਲੇ 'ਚ ਇਹਨਾਂ ਆਸਤਕ ਨਹੀਂ ਫਿਰ ਵੀ ਏਡੇ ਤੇ ਬਾਰ ਬਾਰ ਖਲੋਤੀ ਸਰਕਾਰੀ ਬਸ ਤੇ ਕੰਡਕਟਰ ਵੱਲੋਂ ਤੁਰੀਆਂ ਆਉਂਦੀਆਂ ਸਵਾਰੀਆਂ ਨੂੰ ਵੇਖ ਕੇ ਜੰਮੂ ਕਟੜਾ ਦੀਆਂ ਆਵਾਜ਼ ਸੁਣ ਉਹਨੇ ਉਸ ਬਸ ਦਾ ਰੁਖ ਕਰ ਲਿਆ ਖਿੜਕੀ 'ਚ ਪੈਰ ਰੱਖਦਿਆਂ ਕੰਡਕਟਰ ਮੁੰਡੇ ਦੇ ਲੰਮੀ ਸੀਟੀ ਮਾਰਦਿਆਂ ਬਸ ਸਰਕ ਪਈ ਬਸ 'ਚ ਕੋਈ ਖਾਸ ਭੀੜ ਨਹੀਂ ਸੀ ਇੱਕ ਖਾਲੀ ਸੀਟ ਤੇ ਬੈਠ ਬੈਠ ਹਰਮੇਸ਼ ਵੈਸ਼ੋ ਦੇ ਖੈਲਾਂ ਚਿੰਜ ਗਵਾਟ ਗਿਆ ਜਿਵੇਂ ਸੱਚੀ ਉਹਨੂੰ ਮਿਲਣ ਜਾ ਰਿਹਾ ਹੋਵੇ ਹਰਮੇਸ਼ ਨੂੰ ਖਿਆਲਾਂ 'ਚ 40 ਸਾਲ ਪੁਰਾਣਾ ਚੁੱਪ ਚੇਹਰਾ ਕਿਤਾਬਾਂ ਹਿੱਕ ਨਾਲ ਲਾਈ ਪੈੰਡੂ ਅੱਡੇ ਤੇ ਖਲੋਤਾ ਦਿਸ ਰਿਹਾ ਹੈ ਉਹ ਤੁਰਿਆ ਜਾਂਦਾ ਚੁੱਪ ਕਰਕੇ ਇੱਕ ਤੈਹ ਕੀਤਾ ਕਾਗਜ਼ ਸੁਟਕੇ ਅੱਗੇ ਵਧ ਗਿਆ ਉਹਨੂੰ ਇੱਕ ਐਤਵਾਰ ਆਊਟਪਾਸ ਤੋਂ ਵਾਪਸ ਮੁੜਦੇ ਆ ਉਹਦੀ ਅਗਲੀ ਸੀਟ ਤੇ ਬੈਠੀ ਲੜਕੀ ਦੀਆਂ ਸਾਥਣ ਨਾਲ ਗੱਲਾਂ ਤੋਂ ਸੁਣਾਈ ਦਿੱਤਾ ਜਿਵੇਂ ਉਹ ਵੀ ਬੈਸ਼ੋ ਦੇ ਸਕੂਲ 'ਚ ਪੜ੍ਹਦੀ ਹੋਵੇ ਕਿੰਨੀ ਬੇਹੂਦਗੀ ਕੀਤੀ ਸੀ ਉਦੋਂ ਹਰਮੇਸ਼ ਨੇ ਅੱਜ ਯਾਦ ਕਰਕੇ ਉਹ ਸੋਚ ਰਿਹਾ ਸੀ ਜੇ ਕੁੜੀ ਉਹਦੀ ਹਰਕਤ ਤੇ ਚੱਪਲ ਲਾ ਲੈਂਦੀ ਤਾਂ ਬਸ ਤੋਂ ਭੱਜਿਆ ਵੀ ਨਹੀਂ ਸੀ ਜਾਣਾ ਪਤਾ ਨਹੀਂ ਕਿਵੇਂ ਕਹਿ ਗਿਆ ਸੀ ਮਾਫ ਕਰਨਾ ਤੁਸੀਂ ਫਲਾਣੇ ਸਕੂਲ ਪੜ੍ਹਦੇ ਜੀ ਕੁੜੀ ਨੇ ਹੈਰਾਨ ਹੁੰਦਿਆਂ ਹਾਂਜੀ ਕਿਹਾ ਤਾਂ ਹਰਮੇਸ਼ ਤਾਂ ਕਹਿਣਾ ਸੀ ਉੱਥੇ ਕੋਈ ਵੈਸ਼ੋਨਾਂ ਦੀ ਕੁੜੀ ਵੀ ਪੜ੍ਹਦੀ ਹੈ ਹਾਂ ਇੱਕ ਰਾਜਪੂਤਾਂ ਦੀ ਕੁੜੀ ਮੇਰੇ ਕੰਨੇ ਪੜ੍ਹਦੀ ਹਰਮੇਸ਼ ਨੇ ਆਪਣੇ ਆਪ ਨੂੰ ਸੰਭਾਲਦਿਆਂ ਸਿਆਣੇ ਹੋਣ ਦਾ ਸਬੂਤ ਦਿੰਦੇ ਆ ਕਿ ਮੈਨੂੰ ਗਲਤ ਨਾ ਸਮਝਣਾ ਤੁਸੀਂ ਮੇਰੇ ਭੈਣ ਵਰਗੇ ਹੋ ਦਰਸਤਲ ਮੈਂ ਉਹਨੂੰ ਚਾਹੁੰਦਾ ਹਾਂ ਤੇ ਉਹ ਵੀ ਕਿਰਪਾ ਕਰਕੇ ਮੇਰਾ ਸੁਣਿਆ ਜੇ ਉਸ ਤੱਕ ਪਹੁੰਚਾ ਦਿਓ ਤੁਹਾਡੀ ਮਿਹਰਬਾਨੀ ਹੋਵੇਗੀ ਕੁੜੀ ਮੁਸਕਰਾਉਂਦਿਆਂ ਸਿਰਫ ਇੰਨਾ ਹੀ ਬੋਲੀ ਸੀ ਅਣੀਓ ਮੀ ਇੱਕ ਕੀਆਂ ਕਰੀ ਸਕਨੀ ਤਸ ਆਪੂੰਗੇ ਕੋਸ਼ਿਸ਼ ਕਰੀ ਦੇਖੋ ਕਹਿ ਕੇ ਕੁੜੀ ਉੱਠ ਪਈ ਸ਼ਾਇਦ ਉਹਦਾ ਡਾਡਾ ਆ ਗਿਆ ਸੀ ਕੁੜੀ ਮੁੰਡੇ ਨੂੰ ਇੰਜ ਗੱਲਾਂ ਕਰਦੇ ਆ ਬੈਠੀਆਂ ਖਲੋਤੀਆਂ ਸਵਾਰੀਆਂ ਵੇਖ ਸੁਣ ਰਹੀਆਂ ਹੋਣਗੀਆਂ ਜਿਨ੍ਹਾਂ ਤੋਂ ਹਰਮੇਸ਼ ਬੇਖਬਰ ਸੀ ਇਹ ਉਹਨੇ ਬਸੋਂ ਉਤਰ ਕੇ ਮਹਿਸੂਸ ਕੀਤਾ ਸੀ ਉਹ ਸੋਚ ਰਿਹਾ ਸੀ ਜਵਾਨੀ ਕਿੰਨੀ ਕਮਲੀ ਹੁੰਦੀ ਹੈ ਜਿਹਨੂੰ ਆਲੇ ਦੁਆਲੇ ਦੀ ਸੋਧ ਨਹੀਂ ਰਹਿੰਦੀ ਹੁਣ ਵੈਸ਼ੋ ਵੀ ਨਿੰਮੋ ਵਾਂਗ ਹੋ ਗਈ ਹੋएगी ਉਹਦੇ ਬੱਚੇ ਵੀ ਵਿਆਹੇ ਬਰੇ ਗਏ ਹੋਣਗੇ ਜੇ ਕਿਧਰੇ ਮਿਲ ਪਏ ਪਤਾ ਨਹੀਂ ਉਦੋਂ ਵਾਂਗ ਹੀ ਨਾ ਬੋਲੇ ਉਹ ਇਹ ਵੀ ਸੋਚ ਸਕਦੀ ਆ ਵੀ ਇਹ ਹਾਲੇ ਵੀ ਮਗਰਮਗਰ ਹੀ ਤੁਰਿਆ ਫਿਰਦਾ ਪਰ ਨਹੀਂ ਉਦੋਂ ਤੇ ਹੁਣ ਚ ਬੜਾ ਫਰਕ ਹੈ ਉਹਦੀ ਸੋਚਾਂ ਦੀ ਲੜੀ ਕਿੱਥੇ ਜਾਣਾ ਅੰਕਲ ਦੀ ਆਵਾਜ਼ ਨੇ ਫੰਗ ਕਰ ਦਿੱਤੀ ਧੰਨਵਾਦ ਚਲਦਾ